1900 ਏਕੜ ਜ਼ਮੀਨ ਆ ਪਿੰਡ ਧੂੰਦੇ ਦੀ, ਤੇ ਬਿਆਸ ਦਰਿਆ 'ਚ ਪਾਣੀ ਵਧਣ ਨਾਲ ਸਾਰੀ ਡੁੱਬ ਚੁੱਕੀ ਆ, ਤੇ ਡੀਜ਼ਲ ਬਾਲ ਕੇ ਕਿਸਾਨਾਂ ਨੇ ਕਨੈਕਸ਼ਨ ਵੀ ਘੱਟ ਆ, ਜਿੰਨਾ ਡੀਜ਼ਲ ਬਾਲ ਕੇ ਖਰਚਾ ਕਰਕੇ ਫਸਲ ਹੁਣ ਪੱਕਣ 'ਤੇ ਆਈ ਆ ਅਤੇ ਪਾਣੀ ਦੀ ਮਾਰ ਹੇਠ ਆ ਗਈ ਆ। ਕਿਸਾਨ ਅੱਗੇ ਖੁਦਕੁਸ਼ੀਆਂ ਕਰਨ ਦਾ, ਕਰਜ਼ਾ ਲੈ ਕੇ ਅਤੇ ਫਸਲਾਂ ਬੀਜੀਆਂ ਅਤੇ ਅੱਜ ਕੱਲ੍ਹ ਮਤਲਬ ਫਿਰ ਫਸਲ ਮਾਰੀ ਗਈ। ਪਿਛਲਾ 2018 ਦਾ ਖਰਾਬਾ ਵੀ ਅਜੇ ਤੱਕ ਸਾਨੂੰ ਨਹੀਂ ਮਿਲਿਆ। ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਮਤਲਬ ਕਿਸਾਨ ਖੁਦਕੁਸ਼ੀ ਕਰੂਗਾ, ਔਰ ਕਰ ਹੀ ਕੀ ਸਕਦਾ, ਕਿਉਂਕਿ ਮਤਲਬ ਜਦੋਂ ਹਰ ਸਾਲ ਹੀ ਫਸਲ ਬਰਬਾਦ ਹੋ ਜਾਂਦੀ ਆ। ਕਿਸਾਨ ਚਾਹੁੰਦੇ ਆ ਵੀ ਇਹਨੂੰ ਜਿੱਦਾਂ ਪਾਰਲੀਮੈਂਟ ਦੇ ਵਿੱਚ ਗੱਲ ਚੁੱਕੀ ਸੀ ਡਿੰਪਾ ਸਾਹਿਬ ਨੇ, MP ਨੇ, ਵੀ ਇਹਨੂੰ ਨਹਿਰ ਦੀ ਸ਼ਕਲ 'ਚ ਕਰਕੇ ਅਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਹਰ ਸਾਲ ਦੀ ਤਰ੍ਹਾਂ ਮਤਲਬ ਕਿਸਾਨ ਜਿਹੜੇ ਆ ਉਹ ਨਾ ਮਰਨ, ਫਸਲ ਨਾ ਮਰੇ, ਉਹਨਾਂ ਨੂੰ ਮੁਆਵਜ਼ਾ ਦੇ ਕੇ ਦੂਜਾ ਜਿਹੜਾ ਆਪਦੀ ਵਾਹੀ ਯੋਗ ਜ਼ਮੀਨ ਬਣ ਜਾਵੇ। ਅਸੀਂ ਬੇਨਤੀ ਇਹੋ ਕਰਦੇ ਹਾਂ ਵੀ ਇਹਨੂੰ ਨਹਿਰ ਦੀ ਸ਼ਕਲ 'ਚ ਕੀਤਾ ਜਾਵੇ ਅਤੇ ਘੱਟੋ ਘੱਟ ਜਿਹੜਾ ਅੱਜ ਦੇ ਦਿਨਾਂ 'ਚ ਖਰਾਬਾ ਹੋਇਆ ਫਸਲ ਮਾਰੀ ਗਈ ਆ, ਘੱਟੋ ਘੱਟ 30,000 ਰੁਪਈਏ ਦਾ ਤੁਰੰਤ ਗਰਦੌਰੀ ਕਰਕੇ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਪਿਛਲੇ ਸਾਲ ਦਾ ਵੀ ਨਹੀਂ ਮੁਆਵਜ਼ਾ ਮਿਲਿਆ। ਇਸ ਕਰਕੇ ਕਿਸਾਨ ਬਹੁਤ ਦੁਖੀ ਆ, ਇਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਕੋਈ ਵਿਧਾਇਕ ਨਹੀਂ ਆਇਆ ਜੀ, ਕੋਈ ਸਾਰ ਨਹੀਂ ਲੈ ਰਿਹਾ ਜੀ, ਕੋਈ ਨਹੀਂ ਆਇਆ ਜੀ। ਇੱਥੇ ਦਾ ਵਿਧਾਇਕ ਸਿੱਕੀ ਉਹਦੇ ਵਰਦਾ ਹੀ ਨਹੀਂ ਜੀ, ਉਹਦੇ ਹਲਕਾ ਹੀ ਬਦਲਤਾ, ਉਹਦੇ ਵਰਦਾ ਹੀ ਨਹੀਂ ਇੱਥੇ ਬਿਲਕੁਲ ਹੀ। ਉਹਨੇ PA ਛੱਡੇ 2-3, ਉਹ ਲੋਕਾਂ ਨੂੰ ਲੁੱਟਣ 'ਤੇ ਸਵਾਏ ਹੋਰ ਕੋਈ ਕੰਮ ਹੀ ਨਹੀਂ ਕਰਦੇ। ਜਿਹੜਾ ਪਾਣੀ ਆਇਆ ਵਾ ਇਹ ਹਰ ਸਾਲ ਦੀ ਤਰ੍ਹਾਂ ਸਾਡੇ ਪਾਣੀ ਆਉਂਦਾ ਵਾ। ਜਿਹੜਾ ਸਾਡਾ ਕੋਈ 11 ਏਕੜ ਜ਼ਮੀਨ 'ਚ ਝੋਨਾ ਲੱਗਾ ਜਿਹੜਾ ਸਾਰਾ ਹੀ ਇਸ ਵੇਲੇ ਖਰਾਬ ਹੋ ਗਿਆ। ਇੱਥੋਂ ਤੱਕ ਹੋ ਗਿਆ ਕਿ ਸਾਡੇ ਕੁਛ ਆਦਮੀ ਜਿਨ੍ਹਾਂ ਦੀ ਸਾਰੀ ਜ਼ਮੀਨ ਮੰਡ ਵਿੱਚ ਆ, ਉਹਨਾਂ ਦੇ ਡੰਗਰਾਂ ਵਾਸਤੇ ਚਾਰਾ ਵੀ ਨਹੀਂ ਰਿਹਾ। ਅਸੀਂ ਸਾਰਾ ਪਿੰਡ ਪੁਰਜੋਰ ਅਪੀਲ ਕਰਦੇ ਹਾਂ ਕਿ ਇਹਨਾਂ ਵਾਸਤੇ ਸਾਨੂੰ ਖਰਾਬਾ ਦਿੱਤਾ ਜਾਵੇ, ਬਣਾਇਆ ਜਾਵੇ। ਦੂਜਾ, ਜਿਨ੍ਹਾਂ ਦੇ ਡੰਗਰ ਸਾਰੇ ਸਾਰੀ ਪੈੜੀ ਮੰਡ 'ਚ ਆ ਅਤੇ ਚਾਰਾ ਖਤਮ ਹੋ ਗਿਆ, ਉਹਨਾਂ ਨੂੰ ਚਾਰੇ ਦਾ ਪ੍ਰਬੰਧ ਕੀਤਾ ਜਾਵੇ। ਇੱਕ ਸਾਡੀ ਹੋਰ ਬੇਨਤੀ ਆ ਕਿ ਇਹ ਹਰ ਸਾਲ ਜਿਸ ਤਰ੍ਹਾਂ ਸਾਨੂੰ ਖਰਾਬਾ ਦਿੰਦੇ ਆ, ਇਹ ਸਾਡਾ ਖਰਾਬਾ ਬੇਸ਼ੱਕ ਬੰਦ ਕਰ ਦੇਣ ਅਤੇ ਸਾਡੀ ਜ਼ਮੀਨ ਅਕਵਾਇਰ ਕਰ ਲੈਣ ਕਿ ਅੱਗੇ ਤੋਂ ਸਾਨੂੰ ਇਹ ਕੁਛ ਨਾ ਹੀ ਕਰਨਾ ਪਵੇ। ਅਸੀਂ ਤਾਂ ਸਾਰੇ ਜਾਣੇ ਇਹ ਝੋਨੇ ਦੀ ਫਸਲ ਨੂੰ ਇੱਕ ਪੁੱਤਾਂ ਦੀ ਤਰ੍ਹਾਂ ਪਾਲਿਆ ਸੀ, ਜਿਹੜਾ ਅੱਜ ਸਾਨੂੰ ਵੇਖ ਵੇਖ ਕੇ ਰੋਣ ਆਉਣ ਦਿਆ। ਹੋ ਸਕਦਾ ਵਾ ਕਿ ਕੁਝ ਮੌਤਾਂ ਵੀ ਹੋ ਜਾਣ, ਕਿਉਂ ਅਸੀਂ ਇੱਥੇ ਇੱਕ ਬੰਨ ਬੱਧਾ ਸੀ ਜਿਹਦੇ ਉੱਤੇ ਅਸੀਂ ਲੱਖਾਂ ਰੁਪਈਆ ਲਾਇਆ, ਉਹ ਰੁਪਈਆ ਵੇਖ ਵੇਖ ਕੇ ਸਾਨੂੰ ਰੋਣ ਆਉਂਦਾ ਵਾ ਕਿ ਅਸੀਂ ਇੰਨਾ ਕੁਛ ਕੀਤਾ, ਜੋ ਕੁਛ ਸਾਡੇ ਪੱਲੇ ਸੀ ਉਹ ਅਸੀਂ ਲਾ ਦਿੱਤਾ ਵਾ, ਅਤੇ ਇਸ ਵੇਲੇ ਸਾਡੇ ਕੋਲ ਤਾਂ ਰੋਟੀ ਵਾਸਤੇ ਵੀ ਪੈਸਾ ਕੁਝ ਨਹੀਂ ਹੈਗਾ ਰਹਿ ਗਿਆ। ਅਤੇ ਇਸ ਕਰਕੇ ਅਸੀਂ ਸਰਕਾਰ ਗਾੜੀ ਇਹੋ ਅਪੀਲ ਕਰਦੇ ਹਾਂ ਕਿ ਇਹ ਸਾਡੀ ਪੈਲੀ ਜਿਹੜੀ ਆ ਇਹ ਸਾਰੀ ਅਕਵਾਇਰ ਕਰ ਲਓ ਅਤੇ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਦਾ ਪ੍ਰਬੰਧ ਕਰ ਦਿਓ। ਹਾਲਾਤ ਤੁਸੀਂ ਵੇਖ ਹੀ ਰਹੇ ਹੋ, ਸਾਡੇ ਪਿੰਡ ਤੋਂ ਹਰ ਸਾਲ ਇਹੋ ਹੀ ਬਰਬਾਦੀ ਹੁੰਦੀ ਆ, ਅਤੇ ਸਾਡੇ ਕੋਲ ਮਤਲਬ ਮੌਜੂਦਾ ਸਰਕਾਰਾਂ ਨੇ ਸਾਨੂੰ ਵਾਅਦੇ ਕਰਦੀਆਂ ਵਾ, ਪਰ ਵਾਅਦਾ ਤੁਸੀਂ ਆਪਣੇ ਸਾਹਮਣੇ ਵੇਖ ਲਓ ਸਾਡੇ ਕਿੰਨੇ ਵਾਅਦੇ ਪੂਰੇ ਹੋ ਰਹੇ ਆ, ਅਤੇ ਸਾਡਾ ਸਾਨੂੰ ਇੱਕ ਮਰਨ ਦਾ ਵੀ ਸੁਖਾਲਾ ਨਹੀਂ ਆ। ਆ ਤੁਸੀਂ ਸਾਹਮਣੇ ਵੇਖ ਸਕਦੇ ਹੋ ਕਿ ਇੱਕ ਜਿਹੜਾ ਸ਼ਮਸ਼ਾਨ ਘਾਟ ਆ ਉੱਥੇ ਵੀ ਪਾਣੀ ਨਾਲ ਭਰਿਆ ਆ, ਬਈ ਇਹ ਸਾਨੂੰ ਮਰਨਾ ਵੀ ਇੱਕ ਚੰਗਾ ਵਧੀਆ ਨਸੀਬ ਨਹੀਂ ਹੁੰਦਾ, ਅਤੇ ਇਹ ਤੋਂ ਜ਼ਿਆਦਾ ਮਾੜਾ ਹਾਲ ਹੈ ਕੀ ਹੋ ਸਕਦਾ ਜੀ, ਦੱਸੋ ਤੁਸੀਂ। ਇਹ ਇੱਕ ਰੋਟੀ ਰੋਜੀ ਦੀ ਗੱਲ ਦੂਰ ਦੀ, ਇੱਕ ਮਰਨਾ ਵੀ ਚੰਗਾ ਨਸੀਬ ਨਹੀਂ ਸਾਨੂੰ, ਅਤੇ ਅਸੀਂ ਸਰਕਾਰਾਂ ਨੂੰ ਇਹੋ ਅਪੀਲ ਕਰਦੇ ਹਾਂ ਕਿ ਸਾਡੀ ਚਾਹੇ ਤਾਂ ਕੋਈ ਬੰਨ ਬੰਨਦੇ ਕੋਈ ਹੱਲ ਮਸਲਾ ਕਾ ਹੱਲ ਕਰ ਦਿਓ, ਨਹੀਂ ਤਾਂ ਰਿਕੁਆਇਰ ਕਰ ਲਓ, ਨਹੀਂ ਤਾਂ ਸਾਨੂੰ ਮਰਨ ਵਾਸਤੇ ਫਿਰ ਇਸ ਤਰ੍ਹਾਂ ਉਹ ਵੀ ਚੰਗੀ ਜਗ੍ਹਾ ਨਹੀਂ ਹੈ ਨਸੀਬ ਸਾਨੂੰ। ਬਿਲਕੁਲ ਜੀ, ਸਿਰਫ ਇਹ ਮੁੰਡੇ ਪਿੰਡ ਹੀ ਆਇਆ ਹਾਲੇ, ਕਿਉਂਕਿ ਅਸੀਂ ਇੱਥੇ ਰਿਲੀਫ ਸੈਂਟਰ ਇੱਕ ਬਣਾਇਆ, ਰਿਲੀਫ ਸੈਂਟਰ ਬਣਾਇਆ ਗੌਰਮੈਂਟ ਹਾਈ ਸਕੂਲ ਦੇ ਵਿੱਚ। ਜੇ ਆਬਾਦੀ ਨੂੰ ਇਵੈਕੂਏਟ ਕਰਨਾ ਪਊਗਾ ਉੱਥੇ ਲੈ ਕੇ ਜਾਵਾਂਗੇ। ਰਿਲੀਫ ਸੈਂਟਰ ਦੀ ਇੰਸਪੈਕਸ਼ਨ ਕੀਤੀ ਆ, ਉੱਥੇ ਨੈਬ ਤਹਿਸੀਲਦਾਰ ਚੋਲਾ ਸਾਹਿਬ ਜਿਹੜੇ ਮੈਡਮ ਨੇ ਉਹਨਾਂ ਨੂੰ ਇੰਚਾਰਜ ਬਣਾਇਆ, ਹੋਰ ਸਾਰੇ ਸੰਬੰਧਿਤ ਮਹਿਕਮੇ ਹੈਲਥ, ਵੈਟਨਰੀ, ਐਗਰੀਕਲਚਰ, ਫੂਡ ਐਂਡ ਸਿਵਲ ਸਪਲਾਈਜ਼ ਦੇ
ਕਰਮਚਾਰੀਆਂ ਨੂੰ ਵੀ ਉਹਨਾਂ ਦੀ ਟੀਮ ਦੇ ਵਿੱਚ ਪਾਇਆ। ਇਸ ਪਿੰਡ ਦੇ ਵਿੱਚ ਪਟਵਾਰੀ ਸਾਹਿਬ ਦੇ ਦੱਸਣ ਦੇ ਮੁਤਾਬਕ 2400-2500 ਕਿੱਲਾ ਪਾਣੀ ਦੇ ਨਾਲ ਇਫੈਕਟ ਹੋਇਆ। ਇਹ ਰੈਗੂਲਰ ਪਟਵਾਰੀ ਸਾਹਿਬ ਇਹਦੇ 'ਤੇ ਵਾਚ ਰੱਖਣਗੇ, ਆਉਣ ਵਾਲੇ ਸਮੇਂ 'ਚ ਇਨਕਰੀਜ਼ ਹੁੰਦਾ ਪਾਣੀ ਕਿ ਡਿਕਰੀਜ਼ ਹੁੰਦਾ, ਔਰ ਪਾਣੀ ਜਦੋਂ ਬਿਲਕੁਲ ਡਾਊਨ ਚਲੇ ਜਾਊਗਾ ਫਿਰ ਦੁਬਾਰਾ ਮੁਆਇਨਾ ਕਰਕੇ ਜੋ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਮੁਆਵਜ਼ਾ ਬਣਦਾ ਹੋਊਗਾ ਕਿਸਾਨ ਭਰਾਵਾਂ ਨੂੰ ਦਿੱਤਾ ਜਾਊ।